है भारत की सब तो महंगी सब्जी। कीमत जान के हो जाओगे हैरान। सब्जी खरीदने लई करनी पवेगी जेब ढिल्ली। साल में एक बार ही हुंदी है उपलब्ध। अज असीं तुहाडे नाल एक ऐसी सब्जी दी बारे गलबात करन जा रहे हैं जिस दे बारे तुसीं शायद ही सुनिया होवेगा, क्योंकि अक्सर ही टमाटर ते लसन दी जदों गलबात हुंदी है तां बंदा कहिंदा है कि इही सब तों महंगे ने ते इस तों महंगा होर की हो सकता है। पर असीं जिस सब्जी दे बारे गलबात करन जा रहे हैं उसदा शायद तुसीं नाम सुनिया होवेगा। जिस सब्जी दे बारे नाम सुन के तो तुसीं हैरान होवोगे ही, जेकर इस सब्जी दी कीमत दे बारे भी तुसीं जाणोगे तां तुसीं हैरान परेशान हो जावेगे, क्योंकि इस सब्जी दी कीमत 100 रुपए, 200 रुपए, 500 रुपए प्रति किलो नहीं है बल्कि 2000 रुपए प्रति किलो है। केड़ी है सब्जी ते कित्थे पाई जाती है ते की पौष्टिक तत्व ने इस दे विच, जानदे हां एक खास रिपोर्ट। हाल ही दे विच जदों टमाटर दीआं कीमतां आसमान नूं छूण लगियां तां चारे पासे हाहाकार मच गए। लोकां नूं लगण लगा कि इस तों वध महंगी कोई सब्जी नहीं हो सकती, पर शायद लोकां ने भारत दी सब तों महंगी सब्जी बारे सुनिया नहीं होवेगा। अज असीं तुहानूं इस बारे दसण जा रहे हां कि सब्जी ये इन्नी महंगी क्यों है ते किन्ने रुपए किलो दे हिसाब नाल विकदी है। मानसून दे आउण तों बाद विच बस्तर दे विच लोकां दे चेहरियां उत्ते इक वक्खरी ही खुशी दिखाई दिंदी है ते ओह खुशी दे विच ओह झूमण लग जांदे ने ते उहनां दी खुशी दा कारण है ओह महंगी सब्जी जिस नूं खाण दे लई लोक सारा साल मानसून दा इंतजार करदे ने। ਤਾਂ ਦੱਸ ਦਈਏ ਕਿ ਮਾਨਸੂਨ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਬਸਤਰ ਦੇ ਜੰਗਲਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਜੰਗਲੀ ਭੋਜਨ ਮਿਲਦਾ ਹੈ ਜੋ ਕਿ ਗੰਢਨੁਮਾ ਆਲੂ ਦੇ ਵਰਗਾ ਲੰਬਾ ਹੁੰਦਾ ਹੈ ਤੇ ਜਿਸ ਨੂੰ ਇੱਥੇ ਬੋੜਾ ਕਿਹਾ ਜਾਂਦਾ ਹੈ। ਬੋੜਾ ਸਬਜ਼ੀ ਬਹੁਤ ਹੀ ਮਸ਼ਹੂਰ ਤੇ ਸਵਾਦੀ ਹੈ ਤੇ ਬੋੜਾ ਰੁੱਖ ਹੇਠ ਜ਼ਮੀਨ ਦੇ ਵਿੱਚ ਆਪਣੇ ਆਪ ਨੂੰ ਉਗਾਉਂਦਾ ਹੈ। ਸ਼ੁਰੂਆਤੀ ਆਮਦ ਦੇ ਦੌਰਾਨ ਇਸ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਬੋੜਾ 2000 ਰੁਪਏ ਤੋਂ 2500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕ ਰਿਹਾ ਹੈ। ਹੌਲੀ ਹੌਲੀ ਜਿਵੇਂ ਜਿਵੇਂ ਇਸ ਦੀ ਮੰਗ ਵੱਧਦੀ ਜਾਂਦੀ ਹੈ ਤੇ ਬੋੜਾ ਦੀ ਕੀਮਤ ਵੀ ਵੱਧਦੀ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਛੱਤੀਸਗੜ੍ਹ ਦਾ ਬਸਤਰ ਸ਼ਹਿਰ ਆਪਣੇ ਆਪ ਦੇ ਵਿੱਚ ਬਹੁਤ ਹੀ ਵਿਲੱਖਣ ਹੈ। ਇੱਥੇ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਕਈ ਚੀਜ਼ਾਂ ਨੇ ਜਿਨ੍ਹਾਂ ਦਾ ਬਹੁਤ ਹੀ ਮਹੱਤਵ ਹੈ। ਇਹ ਉਹ ਥਾਂ ਹੈ ਜਿੱਥੇ ਕਿ ਬੋੜਾ ਕੁਦਰਤੀ ਤੌਰ ਉੱਤੇ ਉੱਗਦਾ ਹੈ ਜੋ ਕਿ ਵਿਟਾਮਿਨ, ਪ੍ਰੋਟੀਨ ਅਤੇ ਖਣਿਜਾਂ ਦੇ ਨਾਲ ਭਰਪੂਰ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਬਜ਼ੀ ਨੂੰ ਖਰੀਦਣ ਦੇ ਲਈ ਲੋਕ ਆਪਣੀਆਂ ਜੇਬਾਂ ਢਿੱਲੀਆਂ ਕਰਦੇ ਨੇ। ਜੀ ਹਾਂ, ਇਸ ਸਬਜ਼ੀ ਨੂੰ ਖਰੀਦਣ ਦੇ ਲਈ ਲੋਕਾਂ ਨੂੰ ਆਪਣੀਆਂ ਜੇਬਾਂ ਢਿੱਲੀਆਂ ਕਰਨੀਆਂ ਪੈਂਦੀਆਂ ਨੇ, ਕਿਉਂਕਿ ਇਸ ਦੀ ਕੀਮਤ 2000 ਰੁਪਏ ਪ੍ਰਤੀ ਕਿਲੋ ਤੱਕ ਹੋ ਜਾਂਦੀ ਹੈ। ਕੁਝ ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਇਹ 3 ਤੋਂ 4000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੀ ਵਿਕ ਰਿਹਾ ਹੈ। ਇਹ ਮਹਿੰਗਾ ਹੈ ਕਿਉਂਕਿ ਇਹ ਮਾਨਸੂਨ ਦੇ ਦਿਨਾਂ ਦੇ ਦੌਰਾਨ ਸਾਲ ਦੇ ਵਿੱਚ ਇੱਕ ਹੀ ਵਾਰ ਉਪਲਬਧ ਹੁੰਦਾ ਹੈ। ਜੀ ਹਾਂ, ਇਹ ਇੰਨੀ ਸਬਜ਼ੀ ਮਹਿੰਗੀ ਹੈ ਕਿਉਂਕਿ ਸਾਲ ਦੇ ਵਿੱਚ ਇੱਕ ਵਾਰ ਹੀ ਇਹ ਉਪਲਬਧ ਹੁੰਦੀ ਹੈ, ਮਾਨਸੂਨ ਦੇ ਦਿਨਾਂ ਦੇ ਵਿੱਚ ਮਿਲਦੀ ਹੈ। ਇਸ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਜੋ ਕਿ ਵਿਟਾਮਿਨ, ਪ੍ਰੋਟੀਨ ਅਤੇ ਖਣਿਜਾਂ ਦੇ ਨਾਲ ਭਰਪੂਰ ਹੁੰਦੀ ਹੈ। ਤਾਂ ਲੋਕਾਂ ਦੇ ਚਿਹਰਿਆਂ ਦੇ ਵਿੱਚ ਜਿਹੜੀ ਖੁਸ਼ੀ ਹੁੰਦੀ ਹੈ, ਲੋਕਾਂ ਦੇ ਚਿਹਰੇ ਖਿੜ ਜਾਂਦੇ ਨੇ ਕਿਉਂਕਿ ਇਸ ਸਬਜ਼ੀ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਪਰ ਜੇਕਰ ਇਸ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ 2000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਹੈ। ਪਰ ਜੇਕਰ ਇਸ ਦੀ ਮੰਗ ਵੱਧਦੀ ਜਾਂਦੀ ਹੈ ਤਾਂ ਇਸ ਦੀ ਕੀਮਤ ਵੀ ਉਸੇ ਹਿਸਾਬ ਦੇ ਨਾਲ ਵੱਧਦੀ ਜਾਂਦੀ ਹੈ। ਜੀ ਹਾਂ, ਇਸ ਸਬਜ਼ੀ ਦਾ ਨਾਮ ਬੋੜਾ ਹੈ ਤੇ ਛੱਤੀਸਗੜ੍ਹ ਦੇ ਬਸਤਰ ਸ਼ਹਿਰ ਦੇ ਵਿੱਚ ਆਪਣੇ ਆਪ ਦੇ ਵਿੱਚ ਇਹ ਸ਼ਹਿਰ ਵੀ ਬਹੁਤ ਵਿਲੱਖਣ ਹੈ ਤੇ ਇੱਥੇ ਕੁਦਰਤ ਦੇ ਨਾਲ ਕਈ ਚੀਜ਼ਾਂ ਜਿਹੜੀਆਂ ਕੁਦਰਤ ਦੇ ਨਾਲ ਜੁੜੀਆਂ ਕਈ ਚੀਜ਼ਾਂ ਮਿਲਦੀਆਂ ਨੇ ਤੇ ਇਹਨਾਂ ਦਾ ਆਪਣਾ ਹੀ ਮਹੱਤਵ ਹੁੰਦਾ ਹੈ। ਇਹ ਜਿਹੜੀ ਅਜਿਹੀ ਥਾਂ ਹੈ ਜਿੱਥੇ ਕਿ ਬੋੜਾ ਕੁਦਰਤੀ ਤੌਰ ਉੱਤੇ ਉੱਗਦਾ ਹੈ ਤੇ ਜੋ ਕਿ ਵਿਟਾਮਿਨ, ਪ੍ਰੋਟੀਨ ਤੇ ਖਣਿਜ ਦੇ ਨਾਲ ਭਰਪੂਰ ਹੁੰਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਬਜ਼ੀ ਨੂੰ ਖਰੀਦਣ ਦੇ ਲਈ ਲੋਕਾਂ ਨੂੰ ਆਪਣੀਆਂ ਜੇਬਾਂ ਢਿੱਲੀਆਂ ਕਰਨੀਆਂ ਪੈਂਦੀਆਂ ਨੇ ਕਿਉਂਕਿ ਇਸ ਦੀ ਕੀਮਤ ਹੀ ਬਹੁਤ ਜ਼ਿਆਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਜਿੰਨੀ ਜਿੰਨੀ ਇਸ ਦੀ ਮੰਗ ਵੱਧਦੀ ਜਾਂਦੀ ਹੈ ਉਸੇ ਹਿਸਾਬ ਦੇ ਨਾਲ ਇਸ ਦੀ ਕੀਮਤ ਵੀ ਵੱਧਦੀ ਜਾਂਦੀ ਹੈ। ਤਾਂ ਮਾਨਸੂਨ ਦੇ ਆਉਣ ਤੋਂ ਬਾਅਦ ਵਿੱਚ ਬਸਤਰ ਦੇ ਵਿੱਚ ਲੋਕਾਂ ਦੇ ਚਿਹਰਿਆਂ ਉੱਤੇ ਇੱਕ ਵੱਖਰੀ ਰੌਣਕ ਹੀ ਦਿਖਾਈ ਦਿੰਦੀ ਹੈ। ਉਹਨਾਂ ਦੇ ਚਿਹਰੇ ਖੁਸ਼ੀ ਦੇ ਨਾਲ ਖਿੜ ਜਾਂਦੇ ਨੇ ਕਿਉਂਕਿ ਇਸ ਮਾਨਸੂਨ ਦੇ ਜਿਹੜੇ ਸੀਜ਼ਨ ਦੇ ਵਿੱਚ ਇਹ ਸਬਜ਼ੀ ਜਿਹੜੀ ਹੈ ਕੁਦਰਤੀ ਤੌਰ ਉੱਤੇ ਉੱਗਦੀ ਹੈ, ਜ਼ਮੀਨ ਦੇ ਵਿੱਚ ਉੱਗਦੀ ਹੈ ਤੇ ਇਸ ਦਾ ਆਕਾਰ ਜਿਹੜਾ ਹੈ ਆਲੂ ਦੀ ਤਰ੍ਹਾਂ ਹੁੰਦਾ ਹੈ ਤੇ ਗੰਢਨੁਮਾ ਛੋਟੇ ਆਲੂਆਂ ਵਰਗਾ ਇਹ ਲੰਬਾ ਹੁੰਦਾ ਹੈ ਜਿਸ ਨੂੰ ਬੋੜਾ ਕਿਹਾ ਜਾਂਦਾ ਹੈ। ਤਾਂ ਬੋੜਾ
भारत की सब तो महंगी सब्जी है जिड़ी की 2000 रुपए प्रति किलो के हिसाब के बिकती है। तुसी भी खादी है सब्जी तो सानू कमेंट बॉक्स विच जरूर लिखना। जेकर जानकारी चंगी लगी होवे तो इस नू लाइक ते शेयर कर दियो।